ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਰੋਜ਼ਗਾਰ ਮੇਲਾ ਲਾਇਆ ਗਿਆ। ਵੱਡੀ ਗਿਣਤੀ ਦੇ ਵਿੱਚ ਬੇਰੁਜ਼ਗਾਰ ਮੁੰਡੇ ਕੁੜੀਆਂ ਵੀ ਨੌਕਰੀ ਦੀ ਆਸ ਨਾਲ ਆਏ ਨੇ। ਇਸ ਰੋਜ਼ਗਾਰ ਮੇਲੇ ਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵ ਦੁਲਾਰ ਸਿੰਘ ਪੁੱਜੇ। ਉਹਨਾਂ ਆਖਿਆ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਇਸ ਮੇਲੇ ਦੇ ਜ਼ਰੀਏ ਨੌਕਰੀ ਦਿੱਤੀ ਜਾਏਗੀ। ਮੇਲੇ ਦੇ ਵਿੱਚ 100 ਤੋਂ ਜ਼ਿਆਦਾ ਕੰਪਨੀਆਂ ਪਹੁੰਚੀਆਂ ਹੋਈਆਂ ਨੇ। ਉਹਨਾਂ ਆਖਿਆ ਕਿ ਹਰ ਇੱਕ ਨੂੰ ਯੋਗਤਾ ਅਨੁਸਾਰ ਨੌਕਰੀ ਅਤੇ ਘੱਟੋ ਘੱਟ ਤਨਖਾਹ 8,000 ਰੁਪਏ ਹੋਏਗੀ। ਡਿਪਟੀ ਕਮਿਸ਼ਨਰ ਨੇ ਇਹ ਵੀ ਆਖਿਆ ਕਿ ਉਪਰਾਲਾ ਬੇਰੁਜ਼ਗਾਰ ਦੇ ਨੱਥ ਪਾਉਣ ਦੇ ਵਿੱਚ ਸਹਾਈ ਸਾਬਤ ਹੋਏਗਾ। ਮੈਂ ਜੀ ਕਿ ਅੱਜ ਅੰਮ੍ਰਿਤਸਰ ਔਰ ਤਰਨ ਤਾਰਨ ਜ਼ਿਲ੍ਹੇ ਦੇ ਜਿਹੜੇ ਤਕਰੀਬਨ 1100 ਬੱਚੇ ਇੱਥੇ ਆਏ ਹੈਗੇ ਆ, ਇਹਨਾਂ ਨੂੰ ਜੋਬਸ ਦੇਣ ਵਾਸਤੇ ਤਕਰੀਬਨ 100 ਕੰਪਨੀਜ਼ ਬਾਹਰੋਂ ਦਿੱਲੀ ਤੱਕ ਤੋਂ ਬਾਹਰਲੇ ਸ਼ਹਿਰਾਂ ਤੋਂ ਇੱਥੋਂ ਲੋਕਲ ਸਾਰੀਆਂ ਆਏ ਹੋਏ ਆ ਔਰ ਉਹ ਜੋਬਸ ਲੈ ਕੇ ਆਏ ਆ, ਇਹਨਾਂ ਨੂੰ ਨੌਕਰੀਆਂ ਦੇਣ ਵਾਸਤੇ ਆਏ ਆ ਔਰ ਬੱਚਿਆਂ 'ਚ ਬੜਾ ਉਤਸ਼ਾਹ ਹੈਗਾ ਔਰ ਮੈਂ ਸਮਝਦਾ ਕਿ ਬੜਾ ਇੱਕ ਅੱਛਾ ਉਪਰਾਲਾ ਹੈ ਕਿ 10+2 ਵਾਲੇ ਬੱਚੇ ਜਿਹੜੇ ਸਿਰਫ ਸਕੂਲ 'ਚੋਂ ਨਿਕਲੇ ਹੀ ਆ ਹਾਲੇ ਔਰ ਉਹਨਾਂ ਲਈ ਵੀ ਇੱਥੇ ਜੋਬਸ ਅੱਜ ਆ ਗਏ ਆ। ਇਸ ਮੇਲੇ ਵਿੱਚ ਪੁੱਜੇ ਨੌਜਵਾਨਾਂ ਦਾ ਕੀ ਕਹਿਣਾ ਹੈ ਇਹ ਉਹਨਾਂ ਦੀ ਜ਼ੁਬਾਨੀ ਸੁਣ ਲੈਂਦੇ ਹਾਂ। ਸ਼ਾਇਦ ਲੱਗਦਾ ਹੈ ਕਿ ਮਿਲੂਗੀ ਪਰ ਕਿੰਨੀ ਕੁ ਸੈਲਰੀ ਚਾਹੁੰਦੇ? ਸੈਲਰੀ 10-12,000। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਬੇਰੁਜ਼ਗਾਰੀ ਤੋਂ ਨਜਾਤ ਦਿਵੋ। ਹਾਂਜੀ ਸਰ, ਮੈਂ ਵੋਕੇਸ਼ਨਲ ਵੀਵਿੰਗ 'ਚ +2 ਪਾਸ ਕੀਤੀ ਆ ਔਰ ਇੱਥੇ ਅਸੀਂ ਫਾਰਮ ਫਿਲਸ ਕਰਨ ਆਏ ਹਾਂ ਜੋਬ ਵਾਸਤੇ। 10,000? ਹਾਂਜੀ ਦੇਖ ਲਵਾਂਗੇ 9-10 ਦੇ ਕੋਲ। ਨਹੀਂ ਸਰ, ਸਰਦਾ ਤਾਂ ਨਹੀਂ ਆ ਬਟ ਫਿਰ ਵੀ ਚਲੋ ਜਿੰਨਾ ਵੀ ਆ। ਬਿਨਾਂ ਸ਼ੱਕ ਇਸ ਤੋਂ ਪਹਿਲਾਂ ਵੀ ਕਈ ਰੁਜ਼ਗਾਰ ਮੇਲੇ ਲਾਏ ਜਾ ਚੁੱਕੇ ਨੇ, ਪਰ ਕੀ ਇੰਨੀ ਘੱਟ ਤਨਖਾਹ ਤੇ ਗੁਜ਼ਾਰਾ ਕਰਨਾ ਸੰਭਵ ਹੈ? ਇਹ ਵੀ ਇੱਕ ਸਵਾਲ ਹੈ। ਅੰਮ੍ਰਿਤਸਰ ਤੋਂ ਗੁਰਿੰਦਰ ਸਿੰਘ ਦੇ ਨਾਲ ਬਿਊਰੋ ਰਿਪੋਰਟ, ਇੰਡੀਆ ਨਿਊਜ਼, ਪੰਜਾਬ।